ਲੰਗੇ ਦਿਨ ਸਵੇਰ ਤੋਂ ਲੈ ਕੇ ਕਈ ਘੰਟੇ ਤੱਕ ਪਏ ਮੀਂਹ ਕਾਰਨ ਕੁਰਾਲੀ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦਾ ਇੱਕ ਵਾਰ ਫੇਰ ਜਨਾਜ਼ਾ ਨਿਕਲ ਗਿਆ। ਸ਼ਹਿਰ ਦੇ ਨਿਕਾਸੀ ਨਾਲਿਆਂ ਤੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਮੋਰਿੰਡਾ ਰੋਡ ਵਾਲੇ ਪਾਸੇ ਤੋਂ ਇਸ ਸੜਕ ਤੇ ਸਥਿਤ ਪਾਵਰਕੌਮ ਦੇ ਸਥਾਨਕ ਉਪਮੰਡਲ ਦਫ਼ਤਰ ਅਤੇ ਗ੍ਰਿਡ ਵਿੱਚ 2 ਫੁੱਟ ਦੇ ਕਰੀਬ ਭਰ ਗਿਆ। ਇਸ ਪਾਣੀ ਕਾਰਨ ਜਿੱਥੇ ਪਾਵਰਕੌਮ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ ਖਤਰੇ ਵਿੱਚ ਪੈ ਗਈ, ਉੱਥੇ ਇਸ ਨਾਲ ਬਿਜਲੀ ਦੇ ਕਰੰਟ ਕਾਰਨ ਕੋਈ ਗੰਭੀਰ ਹਾਦਸਾ ਵਾਪਰਨ ਦਾ ਵੀ ਖਦਸ਼ਾ ਹੈ। ਇਸ ਸੰਬੰਧੀ ਪਾਵਰਕੌਮ ਦੇ ਸਹਾਇਕ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ। ਭਾਅ ਜੀ, ਸਾਡਾ ਜੀ ਹਫ਼ਤਾ 2 ਹਫ਼ਤਾ ਹੋ ਗਿਆ ਜੀ, ਸਾਰਾ ਸਾਡਾ ਜਿਹੜਾ ਉੱਧਰ ਦਾ ਨਾਲੇ ਦਾ ਪਾਣੀ ਹੈ ਜੀ ਦਫ਼ਤਰ ਦੇ ਵਿੱਚ ਆ ਰਿਹਾ। ਸਾਨੂੰ ਵੀ ਆਪਣੇ ਰੋਜ਼ ਚੱਪਲਾਂ ਪਾ ਕੇ ਆਉਣੀਆਂ ਪੈਂਦੀਆਂ ਹੈ ਜੀ। ਸਾਰੇ ਸਾਡੇ ਦਫ਼ਤਰ ਦੇ ਅੰਦਰ ਪਾਣੀ ਜਾ ਰਿਹਾ ਜੀ, ਸਾਰਾ ਟਰਾਂਸਫਰ। ਤੁਸੀਂ ਨਗਰ ਕੌਂਸਲ ਨੂੰ ਟਾਈਮ ਸਿਰ ਸੂਚਿਤ ਕਰਦਾ ਰਹਿੰਦਾ ਤੁਹਾਡਾ ਬੋਰਡ? ਬਿਲਕੁਲ ਜੀ ਸਰ, ਉਹਨਾਂ ਨੂੰ ਅਸੀਂ ਬੇਨਤੀ ਕਰੀਏ ਵੀ ਸਾਡੇ ਆ ਤੁਸੀਂ ਪਾਣੀ ਦਾ ਪ੍ਰਬੰਧ ਕੱਢਿਆ ਜਾਵੇ, ਸਾਡਾ ਕੀਤਾ ਜਾਵੇ, ਪਰ ਤੁਹਾਡੇ ਸਾਹਮਣੇ ਹੈ ਜੀ, ਆ ਕੁਛ ਵੀ ਹੋ ਰਿਹਾ, ਪਾਣੀ ਦਫ਼ਤਰਾਂ ਦੇ ਵਿੱਚ ਜਾ ਰਿਹਾ ਜੀ।